ਕੱਪੜਾ ਰੰਗਣ ਦੀ ਫੈਕਟਰੀ ਹੁਣ ਲੋਕਾਂ ਲਈ ਸਿਰਦਰਦੀ ਬਣਦੀ ਜਾ ਰਹੀ ਹੈ, ਜਿਸ ਕਾਰਨ ਪਿੰਡ ਦੇ ਲੋਕ ਹੁਣ ਇਸ ਫੈਕਟਰੀ ਨੂੰ ਮੁਕੰਮਲ ਬੰਦ ਕਰਾਉਣ ਲਈ ਇਕੱਠਾ ਹੋ ਗਏ ਨੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪਿੰਡ ਵਾਸੀਆਂ ਨੇ ਇਸ ਫੈਕਟਰੀ ਦਾ ਵਿਰੋਧ ਕੀਤਾ ਸੀ, ਪਰ ਤਾਂ ਵੀ ਪ੍ਰਸ਼ਾਸਨ ਵੱਲੋਂ ਹੁਣ ਤੱਕ ਇਸ ਫੈਕਟਰੀ ਨੂੰ ਬੰਦ ਨਹੀਂ ਕਰਵਾਇਆ ਗਿਆ। ਇਹ ਕੱਪੜਾ ਰੰਗਣ ਦੀ ਫੈਕਟਰੀ ਲੁਧਿਆਣਾ ਦੇ ਜਮਾਲਪੁਰ ਪਿੰਡ ਦੇ ਵਿੱਚ ਲੱਗੀ ਹੋਈ ਹੈ। ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 1 ਸਾਲ ਤੋਂ ਇੱਥੇ ਫੈਕਟਰੀ ਲੱਗੀ ਹੋਈ ਹੈ ਅਤੇ ਉਹ ਇਸ ਦੇ ਖਿਲਾਫ ਲਗਾਤਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਵੀ ਦੇ ਰਹੇ ਨੇ। ਹਾਲਾਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵੱਲੋਂ ਇਸ ਫੈਕਟਰੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਪਹਿਲਾਂ ਇਸਦਾ ਬਿਜਲੀ ਦਾ ਕਨੈਕਸ਼ਨ ਹੀ ਕੱਟ ਦਿੱਤਾ ਗਿਆ ਸੀ, ਪਰ ਫੈਕਟਰੀ ਦੇ ਮਾਲਕ ਨੇ ਹੁਣ ਜਨਰੇਟਰ ਤੇ ਫੈਕਟਰੀ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਪਿੰਡ ਵਾਸੀ ਬਹੁਤ ਪਰੇਸ਼ਾਨ ਨੇ, ਕਿਉਂਕਿ ਫੈਕਟਰੀ ਵਿੱਚੋਂ ਨਿਕਲਣ ਵਾਲਾ ਧੂੰਆਂ ਹਵਾ ਦੇ ਵਿੱਚ ਫੈਲ ਰਿਹਾ ਹੈ ਅਤੇ ਇਲਾਕੇ ਦੀ ਹਵਾ ਜ਼ਹਿਰੀਲੀ ਹੋ ਰਹੀ ਹੈ ਅਤੇ ਗੰਦੇ ਪਾਣੀ ਨੂੰ ਸਿੱਧਾ ਜ਼ਮੀਨਾਂ ਦੇ ਵਿੱਚ ਪਾਇਆ ਜਾ ਰਿਹਾ ਹੈ, ਜਿਸ ਕਾਰਨ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਹੋ ਰਿਹਾ ਹੈ, ਜਿਸ ਕਾਰਨ ਲੋਕ ਬਿਮਾਰ ਹੋ ਰਹੇ ਨੇ। ਪਿੰਡ ਦੇ ਕਈ ਪਰਿਵਾਰ ਅਜਿਹੇ ਨੇ ਜਿਨ੍ਹਾਂ ਨੂੰ ਦਿਖਣਾ ਹੀ ਬੰਦ ਹੋ ਗਿਆ, ਲੋਕਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਆ ਰਹੀ ਹੈ ਅਤੇ ਬੱਚੇ ਵੀ ਬਿਮਾਰ ਹੋ ਰਹੇ ਨੇ, ਜਿਸ ਕਾਰਨ ਪਿੰਡ ਵਾਸੀਆਂ ਵੱਲੋਂ ਲਗਾਤਾਰ ਇਸ ਫੈਕਟਰੀ ਨੂੰ ਮੁਕੰਮਲ ਬੰਦ ਕਰਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਪਿੰਡ ਵਾਸੀ ਲੁਧਿਆਣਾ ਦੇ ADC ਨੂੰ ਮਿਲਣ ਪਹੁੰਚੇ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਪਿੰਡ ਵਾਸੀਆਂ ਨੇ ਮੰਗ ਪੱਤਰ ਤੇ ਪੂਰੇ ਪਿੰਡ ਦੇ ਹੀ ਸਾਈਨ ਕਰਵਾ ਕੇ ADC ਨੂੰ ਸੌਂਪਿਆ। ਹਾਲਾਂਕਿ ਇਸ ਦੌਰਾਨ ADC ਨੇ ਕੈਮਰੇ ਦੇ ਅੱਗੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ, ਪਰ ADC ਨੇ ਪਿੰਡ ਵਾਸੀਆਂ ਨੂੰ ਜ਼ਰੂਰ ਭਰੋਸਾ ਦਿੱਤਾ ਹੈ ਕਿ ਪਹਿਲਾਂ ਵੀ ਇਸ ਫੈਕਟਰੀ ਦੇ ਖਿਲਾਫ ਕਾਰਵਾਈ ਕਰਵਾਈ ਗਈ ਸੀ ਤੇ ਹੁਣ ਮੁੜ ਤੋਂ ਇਸ ਫੈਕਟਰੀ ਦੀ ਜਾਂਚ ਕਰਵਾਈ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਉਹ ਖੁਦ ਮੌਕਾ ਦੇਖਣਗੇ ਅਤੇ ਇਸ ਸੰਬੰਧੀ ਜ਼ਰੂਰ ਐਕਸ਼ਨ ਲੈਣਗੇ। ਸਰ, ਕਾਰਨ ਹੈ ਕਿ ਸਾਡੇ ਪਿੰਡ ਵਿੱਚ ਪਹਿਲੇ ਪਿੰਡ ਦੇ ਵਿੱਚ ਡੈਰੀ ਸੀਗੀ। ਅੱਛਾ ਜੀ। ਡੈਰੀ ਤੋਂ ਉਹਨਾਂ ਨੇ ਉੱਥੇ ਵਾਸ਼ਿੰਗ ਵਾਲੀਆਂ ਮਸ਼ੀਨਾਂ ਲੈ ਕੇ ਰੱਖਤੀਆਂ। ਅੱਛਾ ਜੀ। ਹੌਲੀ ਹੌਲੀ ਕਰਦਿਆਂ 6 ਮਹੀਨੇ ਸਾਲ ਦੇ ਵਿੱਚ ਉਹਨਾਂ ਨੇ ਉੱਥੇ ਅੰਦਰ ਬੋਇਲਰ ਲਾ ਕੇ ਕੱਪੜਾ ਰੰਗਾਈ ਕਰਨ ਲੱਗ ਪਏ ਆ ਕਿ ਜਿਹਦੇ ਨਾਲ ਪਿੰਡ ਦਾ ਬਹੁਤ ਨੁਕਸਾਨ ਹੋਣ ਲੱਗ ਪਿਆ ਵਾ। ਮਤਲਬ ਡੈਂਗ ਬਣਾਤੀ ਪੂਰੀ? ਡੈਂਗ ਬਣਾਤੀ। ਹਾਂਜੀ, ਅਮਿਤ ਕੁਮਾਰ ਤੇ ਅਜੇ ਕੋਈ ਕੁਮਾਰ ਆ ਜੀ, ਪ੍ਰਵਾਸੀ ਬੰਦਾ ਜਿਹਨੇ ਡੈਂਗ ਲਾਈ ਹੋਈ ਆ ਪਿੰਡ 'ਚ। ਅੱਛਾ ਜੀ। ਤੇ ਜਿਹੜੀ ਜਗ੍ਹਾ ਉਹ ਰੈਂਟ 'ਤੇ ਆ ਪਿੰਡ ਦੇ ਬੰਦੇ ਤੋਂ ਲਈ ਹੋਈ ਆ ਜੀ। ਅੱਛਾ ਜੀ। ਤੇ ਇਸ ਲਈ ਸਾਡੀ ਪ੍ਰਸ਼ਾਸਨ ਨੇ ਕਿ ਇਹ ਬੇਨਤੀ, ਅਸੀਂ ਪਹਿਲੇ ਵੀ ਆਏ ਸੀਗੇ, ਉਹਦਾ ਕਨੈਕਸ਼ਨ ਕੱਟਿਆ ਹੋਇਆ। ਹਾਂਜੀ। ਠੀਕ ਹੈ ਜੀ। ਰਾਤ ਨੂੰ ਅਨਲੀਗਲ ਡੈਂਗ ਉਹ ਚਲਾਉਂਦੇ ਆ ਜਨਰੇਟਰ ਲਾ ਕੇ। ਅੱਛਾ। ADC ਸਾਹਿਬ ਨੇ ਪਹਿਲੇ ਪ੍ਰਸ਼ਾਸਨ ਨੂੰ ਕਿਹਾ ਸੀਗਾ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ। ਅੱਛਾ ਜੀ। ਚਲੋ ਜੀ, ਕਾਰਵਾਈ ਹੋਣੀ ਕੀ ਸੀ? ਕਾਰਵਾਈ ਹੋਣ ਦੇ ਬਾਵਜੂਦ ਕਾਰਵਾਈ ਤਾਂ ਕੀ ਹੋਣੀ, ਉਹਨੂੰ ਡੈਂਗ ਨੂੰ ਪਰਮਿਸ਼ਨ ਮਿਲਣ ਦੇ ਚਾਂਸ ਬਣ ਗਿਆ ਜੀ। ਅੱਛਾ ਜੀ। ਅਸੀਂ ADC ਸਾਹਿਬ ਕੋਲ ਆਏ ਸੀਗੇ, ਉਹ ਕਹਿੰਦੇ ਕਿ ਤੁਸੀਂ ਕਿੱਧਰ ਆਏ ਸੀਗੇ ਜੀ, ਇੱਦਾਂ ਡੈਂਗ ਬੰਦ ਕਰਾਈ ਸੀ, ਕਨੈਕਸ਼ਨ ਕਟਾਇਆ ਸੀਗਾ, ਕਹਿੰਦਾ ਉਹ ਤਾਂ ਪਰਮਿਸ਼ਨ ਲੈ ਕੇ ਜੁਰਮਾਨਾ ਭਰ ਗਏ। ਇੱਕ ਕਾਹਦਾ ਵੀ ਜੁਰਮਾਨਾ ਭਰ ਗਏ ਜੀ, ਜਦੋਂ ਪਿੰਡ ਸਾਡਾ ਸਹਿਮਤ ਨਹੀਂ ਹੈਗਾ, ਮੌਜੂਦਾ ਕੋਈ ਸਰਪੰਚ ਨਹੀਂ, ਕੁਛ ਨਹੀਂ ਹੈਗਾ, ਅਤੇ ਇੱਦਾਂ ਕਿਤੇ ਜੁਰਮਾਨਾ ਭਰ ਗਏ। ਉਹਨਾਂ ਨੇ ਕੰਮ ਇਹ ਕੀਤਾ ਕਿ ਹੋਰ ਪਿੰਡਾਂ ਤੋਂ ਆਪਣੇ ਰਿਸ਼ਤੇਦਾਰਾਂ ਕੇ 2-4 ਬੰਦਿਆਂ ਸਾਈਨ ਕਰਾ ਕੇ ਜਾਲੀ ਸਾਈਨ ਮਾਰ ਕੇ ਮੇਰੇ ਸਾਹਮਣੇ ਇੱਥੇ ਦੇ ਗਏ ਆ ਜੀ ਉਹ। ਅੱਛਾ, ਸਾਰਾ ਪਿੰਡ ਖਿਲਾਫ ਆ? ਸਾਰਾ ਪਿੰਡ ਖਿਲਾਫ ਆ। ਸਾਨੂੰ ADC ਸਾਹਿਬ ਨੇ ਕਿਹਾ 800 ਬੰਦੇ ਸਾਈਨ ਕਰਾ ਕੇ ਲਿਆਓ, ਅਸੀਂ ਹੁਣ 800 ਤੋਂ ਵੱਧ 900 ਬੰਦੇ ਸਾਈਨ ਕਰਵਾ ਕੇ ਲਿਆਏ ਹਾਂ। ਪਿੰਡ ਵੀ ਸਾਡਾ ਸਾਰਾ ਆ, ਹੋਰ ਵੀ ਆਉਂਦੇ ਪਿਆ ਪਿੰਡ ਦੇ ਬੰਦੇ ਸਾਰੇ। ਅੱਛਾ, ਇੱਕ ਮੈਨੂੰ ਬਾਈ ਗੱਲ ਦੱਸ, ਮੈਂ ਬੰਦ ਕਰ ਦੂੰਗਾ। ਨਹੀਂ ਨਹੀਂ, ਇੱਕ ਗੱਲ ਦੱਸੋ ਮੈਨੂੰ, ਵੀ ਜਦੋਂ ਸਾਰਾ ਪਿੰਡ ਸਹਿਮਤ ਨਹੀਂ ਹੈਗਾ, ਕਿਉਂ ਜਿਹੜੇ ਬੰਦੇ ਨੇ ਜਗ੍ਹਾ ਦਿੱਤੀ ਤੁਸੀਂ ਉਹਦੇ ਨਾਲ ਨਹੀਂ ਰਾਬਤਾ ਕਾਇਮ ਕੀਤਾ? ਹਾਂਜੀ ਹਾਂਜੀ, ਉਹਨੇ ਰਾਬਤਾ ਹੋਇਆ ਸੀ ਉਹਦੇ ਮੁੰਡੇ ਦਾ ਵਿਆਹ ਸੀਗਾ ਅੱਜ ਤੋਂ 6 ਮਹੀਨੇ ਪਹਿਲੇ। ਉਹ ਕਹਿੰਦਾ ਕਿ ਪਿੰਡ ਦੀ ਪੰਚਾਇਤ ਇਕੱਠੀ ਹੋਈ ਸੀ, ਮਤਾ ਵੀ ਪਾਇਆ ਗਿਆ ਸੀਗਾ। ਉਹ ਕਹਿੰਦਾ ਕਿ ਮੈਂ ਪਿੰਡ ਦੇ ਨਾਲ ਹਾਂ, ਮੈਂ ਇਹਨੂੰ ਬੰਦ ਕਰਵਾਊਂਗਾ, ਕੋਈ ਚੱਕਰ ਨਹੀਂ ਹੈਗਾ। ਪਰ 2 ਮਹੀਨਿਆਂ ਬਾਅਦ ਉਹਨਾਂ ਨੇ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਆਪਣੀ, ਅਸੀਂ ਫਿਰ ਪੰਚਾਇਤ ਇਕੱਠੀ ਕੀਤੀ, ਕਿਉਂਕਿ ਹਾਂਜੀ ਅੰਕਲ ਇਹਨਾਂ ਨੂੰ ਬੰਦ ਕਰ ਦਿਓ। ਉਹ ਕਹਿੰਦੇ ਹਾਂਜੀ, ਉਹ ਇਹ ਗੱਲ ਕਹਿ ਰਹੇ ਆ ਕਿ ਮੈਂ ਨਹੀਂ ਬੰਦ ਕਰ ਸਕਦਾ, ਤੁਸੀਂ ਜੋ ਕਰਨਾ ਕਰ ਲਓ, ਮੇਰੀ ਕਾਗਜ਼ੀ ਕਾਰਵਾਈ। ਰਿਹਾਇਸ਼ੀ ਏਰੀਆ ਸਰ, ਪਿੰਡ ਦੇ ਵਿੱਚ ਮੁੱਢ ਦੇ ਪਾਣੀ ਸਰ ਪਹਿਲੇ ਥੱਲੇ ਪਾ ਰਹੇ ਸੀਗੇ, ਜਦੋਂ ਹਾਂ ਜ਼ਮੀਨ 'ਚ ਪਾ ਰਹੇ ਸੀ, ਜਦੋਂ ਰੋਲਾ ਪਿਆ ਵਾ ਕਿਹਾ ਤੁਸੀਂ ਕੰਮ ਗਲਤ ਕਰ ਰਹੇ। ਹੁਣ ਉਹਨੇ 2-4 ਖਾਲਾਂ ਬਣਾਈਆਂ ਹੋਈਆਂ ਨੇ,
ਜ਼ਮੀਨ ਦੇ ਵਿੱਚ ਵੀ ਪਾਣੀ ਛੱਡਿਆ ਸੀਗਾ, ਵੀਡੀਓ ਵੀ ਹੈਗੀ ਆਪਣੇ ਕੋਲ ਪਹਿਲੇ, ਕੋਈ ਟ੍ਰੀਟਮੈਂਟ ਪਲਾਂਟ ਕੋਈ ਕੁਛ ਨਹੀਂ ਹੈਗਾ ਕਿ ਉਹ ਇੱਕ ਦੋ ਚਾਰ ਮਸ਼ੀਨਾਂ ਨਹੀਂ। ਪੋਲਿਊਸ਼ਨ ਬੋਰਡ ਨੂੰ ਸ਼ਿਕਾਇਤ ਕੀਤੀ ਕੋਈ, ਕਿੱਥੇ ਕਿੱਥੇ ਸ਼ਿਕਾਇਤਾਂ? ਅਸੀਂ ਪ੍ਰਦੂਸ਼ਣ ਬੋਰਡ ਨੂੰ ਸ਼ਿਕਾਇਤ ਕੀਤੀ ਸੀਗੀ, ਉਹਨਾਂ ਨੇ ਕਨੈਕਸ਼ਨ ਕੱਟਣ ਦੇ ਆਰਡਰ ਕਰਤੇ ਸੀ, ਕਨੈਕਸ਼ਨ ਵੀ ਕੱਟਿਆ ਗਿਆ। ਅਸੀਂ ਉਹਨਾਂ ਨੂੰ ਕਿਹਾ ਕਿ ਇਹਨਾਂ 'ਤੇ ਕਾਰਵਾਈ ਕਰੋ, ਉਹਨਾਂ ਕਾਰਵਾਈ ਕਰਨ ਦੇ ਬਾਵਜੂਦ ਹੁਣ ਪਤਾ ਨਹੀਂ BDPO ਨੂੰ ਰਿਪੋਰਟ ਕੀਤੀ ਸੀ ADC ਸਾਹਿਬ ਨੇ, ਉਹਨੇ ਤਾਂ ਨਹੀਂ ਹੁਣ ਕੀ ਕੀਤਾ ਵਾ, ਰਿਪੋਰਟ ਦਾ ਗਲਤ ਰਿਪੋਰਟ ਬਣਾ ਕੇ ਪੇਸ਼ ਕਰਤੀ ਅੱਗੇ ਸਾਹਿਬ ਦੇ ਕਿ ਉਹ ਪੱਕਾ ਕੰਮ ਕਰਦੇ ਪਏ ਆ ਜੀ। ਹੁਣ ਪਤਾ ਨਹੀਂ ਕੀ ਕਿਸ ਤਰੀਕੇ ਨਾਲ ਰਿਪੋਰਟ ਬਣਾਈ ਉਹਨਾਂ ਨੇ, ਕਿਸੇ ਪਿੰਡ ਦੇ ਬੰਦੇ ਦੇ ਸਹਿਣ ਨਹੀਂ ਹੋਏ ਨਾ ਕਿਸੇ ਤੋਂ ਪੁੱਛਿਆ ਗਿਆ। ਜਿਹੜੇ ਸਾਡੇ ਪਿੰਡ ਵਿੱਚ ਡੈਂਗ ਲੱਗੀ ਹੋਈ ਹੈ, ਕੋਈ ਅਮਿਤ ਨਾਮ ਦਾ ਮੁੰਡਾ ਆ ਜਿਹਨੇ ਲਾਈ ਹੈ, ਅਤੇ ਅਸੀਂ ਚਾਹੁੰਦੇ ਹਾਂ ਵੀ ਬੰਦ ਹੋ ਜਾਵੇ। ਅਸੀਂ ਤਕਰੀਬਨ 6 ਮਹੀਨੇ ਤੋਂ ਇਹਦੇ ਵਿੱਚ ਪੈਰਵਾਈ ਕਰ ਰਹੇ ਹਾਂ ਅਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੇ ਵੀ 3-4 ਚੱਕਰ ਲਾ ਚੁੱਕੇ ਹਾਂ, ਜਿਹੜਾ ਪਿੰਡ ਦੇ ਆਪਣੇ ਬੰਦੇ ਨੇ ਜਗ੍ਹਾ ਦਿੱਤੀ ਹੋਈ ਉਹਦੇ ਵੀ ਤਰਲੇ ਮਿੰਨਤ ਕਰ ਲਿਆ ਵੀ ਬੰਦ ਕਰ ਦੇ, ਕੋਈ ਹੋਰ ਚੀਜ਼ ਖੋਲ ਲਾ, ਇੱਥੇ ਖੋਜਰੀ ਖੋਲ ਲਾ, ਕੁਛ ਵੀ ਖੋਲ ਲਾ, ਇੱਥੇ ਵੀ ਇਹ ਚੀਜ਼ ਬੰਦ ਕਰ ਦੇ। ਨੁਕਸਾਨ ਜੀ ਜਿਹੜੇ ਮਤਲਬ ਨਾਲ ਜਿਹੜੇ ਉਸ ਉਹਦੇ ਘਰ ਦੇ ਬਿਲਕੁਲ ਨਾਲ ਰਹਿੰਦੇ ਆ, ਉਹਦਾ ਵਿੱਚੋਂ 8-10 ਪਰਿਵਾਰ ਇਹੋ ਜਿਹੇ ਆ ਜਿਹਨਾਂ ਨੂੰ ਅੱਖਾਂ ਦੇ ਵਿੱਚੋਂ ਦਿਖਣਾ ਘੱਟ ਹੋ ਗਿਆ, ਉਹਦੀਆਂ ਅੱਖਾਂ ਮਤਲਬ ਖਰਾਬ ਹੋਣ ਲੱਗ ਗਈਆਂ, ਪੇਟ ਦੀਆਂ ਬਿਮਾਰੀਆਂ, ਜਿੱਧਰੋਂ ਹਵਾ ਚੱਲਦੀ ਹੈ ਉਧਰ ਨੂੰ, ਇਹ ਬਹੁਤ ਮਾੜੀ ਹੈ। ਬਿਜਲੀ ਦਾ ਕਨੈਕਸ਼ਨ ਜੀ ਅਸੀਂ ਸਾਡੇ ਇੱਥੇ ਆਉਣ ਤੋਂ ਬਾਅਦ ਨਾ ਮਤਲਬ ਇਹਨਾਂ ਨੇ ਇੰਨੀ ਕਾਰਵਾਈ ਕੀਤੀ ਵੀ ਉਹ ਜਿਹੜਾ ਸੀਗਾ ਸਾਡਾ ਆਪਣੇ ਪਿੰਡ ਲੱਗੀ ਸੀਗੀ ਡੈਂਗ, ਉਹਦਾ ਇਹਨਾਂ ਕਨੈਕਸ਼ਨ ਦਿੱਤਾ ਘੱਟ, ਠੀਕ ਹੈ, ਖਾਨਾਪੁਰ ਦੀ ਕਰਤੀ, ਹੁਣ ਰਾਤ ਨੂੰ ਆਉਂਦੇ ਨੇ ਜਨਰੇਟਰ ਲਾ ਕੇ ਚਲਾ ਜਾਂਦੇ ਨੇ, ਅਤੇ ਜੇ ਕੋਈ ਬੰਦਾ ਹੁਣ ਇਹ ਤਾਂ ਹੈ ਨਹੀਂ ਵੀ ਉਹ ਸਾਰੀ ਰਾਤ ਬੰਦਾ ਜਾਗਦਾ ਰਹੇ ਉਹਦੇ ਪਿੱਛੇ, ਜੇ ਕੋਈ ਉੱਠ ਕੇ ਜਾਂਦਾ ਉਦੋਂ ਬੰਦ ਕਰ ਲੈਂਦੇ ਆ, ਬਾਅਦ ਫਿਰ ਚਲਾ ਲੈਂਦੇ ਆ। ਅੱਜ ਜੀ DC ਦਫ਼ਤਰ ਕੋਲ ਦੁਬਾਰੇ ਅਸੀਂ ਆਏ ਹਾਂ ਜੀ, 800 ਸੈਨ ਕਰਵਾ ਕੇ ਲੈ ਕੇ, ਇਹਨੇ ਸਾਨੂੰ ਕਿਹਾ ਸੀਗਾ ਵੀ 800 ਸੈਨ ਕਰਾ ਕੇ ਲੈ ਕੇ ਆਓ ਅਤੇ ਅਸੀਂ ਤੁਹਾਡੀ ਪੈਰਵਾਈ ਕਰਾਂਗੇ। ਅੱਜ ਦੇਖਦੇ ਹਾਂ ਕੀ ਕਰਦੇ ਨੇ, ਅਸੀਂ ਸਾਰਾ ਬੀਬੀਆਂ ਲੈ ਕੇ ਬੱਚੇ ਲੈ ਕੇ ਸਾਰੇ ਆਏ, ਮੰਗ ਸਾਡੀ ਇਹੀ ਹੈ ਜੀ, ਅਸੀਂ ਕਹਿੰਦੇ ਵੀ ਇਹਨੂੰ ਬੰਦ ਕਰ ਦਿਓ, ਕੋਈ ਹੋਰ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਅਗਲਾ ਕਦਮ ਜੀ ਫਿਰ ਇਹੀ ਆ ਵੀ ਅਸੀਂ ਹਾਈਕੋਰਟ ਜਾ ਕੇ ਫਿਰ ਰਿੱਟ ਪਾਵਾਂਗੇ, ਜਿਹੜੇ ਜਿਹੜੇ ਅਫਸਰ ਨਹੀਂ ਕਰ ਰਹੇ ਅਸੀਂ ਉਹਨੂੰ ਧਿਰ ਬਣਾਵਾਂਗੇ ਉੱਥੇ ਨਾਲ ਜਾ ਕੇ।